بسم اللہ الرحمن الرحیم السلام علیکم دوستو ਤੁਸੀਂ ਦੇਖ ਰਹੇ ਹੋ ਗ੍ਰੀਨ ਪੰਜਾਬ ਵਲੌਗਸ ਤੇ ਮੈਂ ਤੁਹਾਡਾ ਮੇਜ਼ਬਾਨ ਸਰਫਰਾਜ਼ احمد دوستੋ ਸਭ ਤੋਂ ਪਹਿਲੇ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਤੇ ਨਾਲ ਦਿੱਤੇ ਹੋਏ ਬੈਲ ਆਈਕਨ ਨੂੰ ਦਬਾਓ ਤਾਂ ਕਿ ਸਾਡੀ ਹਰ ਆਉਣ ਵਾਲੀ ਨਵੀਂ ਵੀਡੀਓ ਸਾਡੇ ਦੋਸਤਾਂ ਤੱਕ ਪਹੁੰਚੇ ਸਭ ਤੋਂ ਪਹਿਲੇ ਔਰ ਬਾਸਾਨੀ ਜਿਵੇਂ ਕਿ ਦੋਸਤੋ ਤੁਹਾਨੂੰ ਪਤਾ ਹੈ ਕਿ ਅਸੀਂ ਆਪਣੇ ਵੀਰਾਂ ਵਾਸਤੇ ਹਮੇਸ਼ਾ ਕੋਸ਼ਿਸ਼ ਕਰਨੇ ਆਂ ਕਮ ਕੀਮਤ ਤੇ ਛ ਜਾਨਵਰ ਲੈ ਕੇ ਹਾਜ਼ਰ ਹੋਈਏ اپنی ਇਸ ਰਵਾਇਤ ਨੂੰ ਬਰਕਰਾਰ ਰੱਖਦੇ ਹੋਏ ਅੱਜ ਵੀ ਅਸੀਂ ਆਪਣੇ ਵੀਰਿਆਂ ਵਾਸਤੇ ਇੱਕ ਹੀਰੇ ਵੈੜ ਦੀ ਵੀਡੀਓ ਲੈ ਕੇ ਹਾਜ਼ਰ ਹੋਏ ਆ ਤਾਂ ਸਭ ਤੋਂ ਪਹਿਲੇ ਮੇਰਾ ਕੈਮਰਾਮੈਨ ਤੁਹਾਨੂੰ ਇਹ ਵੈੜ ਦਿਖਾਉਣ ਦੇ ਨਾਲ ਮਾਲਕਾਂ ਕੋਲ ਪੁੱਛ ਕੇ ਤੁਹਾਨੂੰ ਡਿਟੇਲ ਸ਼ੇਅਰ ਕਰਨੇ ਆ ਔਰ ਨਾਲ ਜੋ ਵੀਰਿਆਂ ਨੂੰ ਅਸੀਂ ਫਾਈਨਲ ਕੀਮਤ ਹੈ ਉਹ ਵੀਰਾਂ ਨੂੰ ਸ਼ੇਅਰ ਕਰਾਂਗੇ ਇਨਸ਼ਾ ਅੱਲਾਹ ਤਾਲਾ ਦਿਖਾਓ ਜੀ ਮਾਸ਼ਾ ਅੱਲਾ ਤੁਸੀਂ ਦੇਖ ਰਹੇ ਜੇ ਬੜਾ ਖੂਬਸੂਰਤ ਆਲਾ ਕੁਆਲਿਟੀ ਦਾ ਜਾਨਵਰ ਅਸੀਂ ਆਪਣੇ ਵੀਰਾਂ ਵਾਸਤੇ ਲੈ ਕੇ ਹਾਜ਼ਰ ਹੋਏ ਆ ਬੜਾ ਖੂਬਸੂਰਤ ਰੰਗ ਹੈ ਜਨਾਬ ਕੱਦ ਕਾਠ ਬੜਾ ਖੂਬਸੂਰਤ ਹੈ ਥੱਬਿਆਂ ਦਾ ਲਿਬਾਸ ਚੱਕਿਆ ਹੈ ਮ ਹੱਲੇ 8-10 ਦਿਨ ਲੈਂਦੀ ਏ ਵੈੜ ਔਰ ਤੁਸੀਂ ਲਿਬਾਸ ਦੇਖ ਲਓ ਕਿੰਨਾ ਖੂਬਸੂਰਤ ਕੀਤਾ ਹੋਇਆ ਮਾਸ਼ਾਅੱਲਾ ਡਾਕਟਰ ਸਾਹਿਬ ਨੇ ਚਾਰਜ ਕੇ ਚੱਕਰਾਇਆ ਜੀ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੀਰਾਂ ਦੀਆਂ ਤਸੱਲੀਆਂ ਕਰਾ ਸਕੀਏ ਥੱਬਿਆਂ ਦਾ ਲਿਬਾਸ ਚੱਕਿਆ ਇਸ ਵੈੜ ਨੇ ਮਾਸ਼ਾਅੱਲਾ 6 ਦੰਦ ਨੇ ਮੂੰਹ ਚੋਂ ਦੂਸਰਾ ਵਾਰਾ ਡਿਲੀਵਰ ਕਰਦੀ ਪਈ ਏ ਕਦ ਕਾਠ ਚੈੱਕ ਕਰੋ ਤੁਸੀਂ ਮਾਸ਼ਾਅੱਲਾ ਜਾਨਵਰ ਚੈੱਕ ਕਰੋ ਕਿੰਨਾ ਹੈਲਥੀ ਕਿੰਨਾ ਐਕਟਿਵ ਏ ਬਸ ਇੱਥੇ ਬੰਦ ਦੇ ਛਾਵੇਂ ਅੱਗੇ ਛਾਵੇਂ ਬੰਦ ਦੇ ਪਰਾਂ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੀਰਾਂ ਦੀਆਂ ਤਸੱਲੀਆਂ ਕਰਾ ਸਕੀਏ ਥੱਬਿਆਂ ਦਾ ਲਿਬਾਸ ਚੱਕਿਆ ਹੈ ਮਾਸ਼ਾਅੱਲਾ ਸਾਬਕਾ ਰਿਕਾਰਡ ਮਾਲਕ ਕਹਿੰਦੇ ਨੇ 25 ਤੋਂ 28 ਲੀਟਰ ਦਾ ਹੈ ਔਰ ਅਸੀਂ ਕੋਸ਼ਿਸ਼ ਕਰਾਂਗੇ ਆਪਣੇ ਵੀਰਾਂ ਦੀਆਂ ਤਸੱਲੀਆਂ ਕਰਾ ਸਕੀਏ ਥੱਬਿਆਂ ਦਾ ਲਿਬਾਸ ਇਸ ਵੇੜ ਦਾ ਲੈ 8-10 ਦਿਨ ਲੈਂਦੀ ਹੈ ਔਰ ਲਿਬਾਸ ਤੁਸੀਂ ਚੈੱਕ ਕਰੋ ਮੁੱਠ ਬੜਾ ਖੂਬਸੂਰਤ ਥਣ ਲੱਗਿਆ ਹੈ ਮਾਸ਼ਾਅੱਲਾ ਬੜਾ ਖੂਬਸੂਰਤ ਕਲਰ ਹੈ ਮਾਸ਼ਾਅੱਲਾ असी कोशिश करांगे, अपने तसलियां करा अपने वीर दसलियाँ करा सकी लिबास बड़ा खूबसूरत है माशाला दूसरा बारह डिलीवर कर दीए अठ तो दस दिन लेंदीए डॉक्टर साहब इधर आओ हाँ असलाइकुम वाला कैसे माशा डॉक्टर साहब जानवर तो अपना बड़ा खूबसूरत है और ਇਹ ਜਨਾਬ ਮੂੰਹ ਤੰਦ ਕਿੰਨੇ ਲਿੰਦੇ? ਇਹ 6 ਨੇ ਜੀ। 6 ਦੰਦ ਨੇ। ਹਾਂਜੀ। ਦੂਸਰਾ ਵਾਰਾ ਡਿਲੀਵਰ ਕਰਦੀ ਪਈ ਹੈ। ਜੀ ਜੀ। ਆਪਾਂ ਸਾਬਕਾ ਰਿਕਾਰਡ ਦੇ ਅਗਰ ਗੱਲ ਕਰੀਏ ਤੇ ਕੀ ਹੈ ਇਹਦਾ ਸਾਬਕਾ ਰਿਕਾਰਡ? ਪਹਿਲੇ ਦੁੱਧ ਕਿੰਨਾ ਕਰਦੀ ਸੀ ਪਹਿਲੇ ਵਾਰੇ 'ਚ? ਦੁੱਧ ਜੀ ਕਰਦੀਦੀ 28 ਕਿਲੋ। 28 ਲੀਟਰ ਕਰਦੀ ਰਹੀ। 28 ਲੀਟਰ ਜੀ ਹਾਂਜੀ। ਠੀਕ ਹੋ ਗਿਆ। ਤੇ ਇਹਦੀ ਜਿਹੜੇ ਨਾ ਕਿੰਨੇ ਕੁ ਦਿਨ ਲੱਗੇਗੀ ਹੋਰ? ਹਾਂਜੀ ਆਪਣਾ ਰਾਤ ਵੀ ਘਟ ਸੀ। ਅੱਛਾ। ਤੇ ਫਿਰ ਵੀ ਇਹਨਾਂ ਕਰਦੇ ਰਹੀ ਹੈ ਕਿ ਅਜ਼ਾਫਾ ਕਰੇ ਦੀ ਇਨਸ਼ਾਅੱਲਾ ਐਤ ਕੀ ਅਗਰ ਇਹਨੂੰ ਮਤਲਬ ਖਾਦੇ ਮਤਲਬ ਇਹ ਮਾਲ ਨੂੰ ਪਾਏ ਕੱਤੇ ਪਾਏ ਦਾ ਲੈਣਾ ਦੋ ਦਿਨ ਦੇ ਚ ਠੀਕ ਹੈ ਤੇ ਇਸ ਵਾਰੀ ਕੋਈ ਮਤਲਬ 28 ਤੋਂ ਉੱਪਰ ਜਾਣ ਦੇ ਚਾਂਸ ਹੈਗੇ ਨੇ ਚਾਂਸ ਨੇ ਬਿਲਕੁਲ ਚਾਂਸ ਨੇ ਠੀਕ ਹੋ ਗਿਆ ਕਿੰਨੇ ਕੁ ਦਿਨ ਹੋਰ ਲੈ ਜਾਏਗੀ ਤਕਰੀਬਨ 10 ਦਿਨ ਲੈ ਦੇ 10 ਦਿਨ ਹਾਂਜੀ ਪਿਆਰ ਮੁਹੱਬਤ ਵਾਲੀ ਫਾਈਨਲ ਜੀ ਕੀਮਤ ਦੱਸੋ ਹਾਂ ਸਾਨੂੰ ਫਾਈਨਲ ਜੀ ਫਾਈਨਲ ਤੋਂ ਫਾਈਨਲ 290 ਤੋਂ ਘੱਟ ਨਹੀਂ ਜੀ 290 ਹਾਂਜੀ ਇਹਦੇ ਵਿੱਚ ਕੋ ਥੋੜਾ ਬਹੁਤਾ ਪਿਆਰ ਮੁਹੱਬਤ ਅਸੀਂ ਸਮਝ ਸਕਦੇ ਹਾਂ ਜਿੱਲੇ ਕੋ ਦੋਸਤ ਮੌਕੇ ਤੇ ਆਵੇ ਜੀ ਜੀ ਬਿਲਕੁਲ ਬਿਲਕੁਲ ਸਮਝ ਸਕਦੇ ਹਾਂ ਜੀ ਠੀਕ ਹੋ ਗਿਆ ਜੀ ਦੋਸਤੋ ਸਾਡੀ ਲੋਕੇਸ਼ਨ ਜਿਹੜੀ ਹੈ ਉਹ ਤਹਿਸੀਲ ਦੀਪਾਲਪੋਰੇ ਸ਼ਹਿਰ ਉਜਰਾ ਸ਼ਾਮ ਕੀ ਮੈਂ ਔਰ ਜ਼ਿਲ੍ਹਾ ਸਾਡਾ ਉਕੜ ਹੈ ਕਿਸੇ ਵੀ ਦੋਸਤ ਨੇ ਇਸ ਵੈਨ ਨੂੰ ਪਰਚੇਸ ਕਰਨਾ ਹੋਵੇ ਸਾਡਾ ਨੰਬਰ ਤੁਹਾਡੀ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਹੈ ਅਗਲੀ ਵੀਡੀਓ ਤੱਕ ਹੰਸਨ ਨੂੰ ਦਿਓ ਇਜਾਜ਼ਤ ਅਲਾ ਹਾਫਿਜ਼